ਟੀਟੀ ਜਾਂਦਾ, ਟੀਟੀ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲ ਟਿਕਟ ਕਿੱਥੇ ਹੈ, ਅਤੇ ਮੈਨੇ ਬੋਲਿਆ ਸਰ ਮੇਰੇ ਕੋਲ ਤਾਂ ਟਿਕਟ ਨਹੀਂ ਹੈ, ਔਰ ਉਹਨਾਂ ਨੇ ਕਾਫੀ ਮੇਰੇ ਨਾਲ ਉਤਾਰ ਚੜਾਅ ਵਿੱਚ ਆਏ, ਉਸਨੇ ਡਬਲ ਫਾਈਨ ਦੇ ਬਾਵਜੂਦ ਵੀ ਟ੍ਰਿਪਲ ਫਾਈਨ ਲਿਆ। ਦੁੱਖ ਹੁੰਦਾ ਹੈ ਸੁਣ ਕੇ ਕਿ 12 ਇੰਟਰਨੈਸ਼ਨਲ ਜਿੱਤਾਂ ਦਰਜ ਕਰਨ ਤੋਂ ਬਾਅਦ ਵੀ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਕਿਸੇ ਨੇ ਵੀ ਆਫਰ ਨਹੀਂ ਕੀਤੀ ਚੰਗੀ ਜੌਬ ਦੀ। ਵੇਖੋ ਚੈਂਪੀਅਨਸ 11 ਦਸੰਬਰ ਤੋਂ ਥਰਸਡੇ 7:30 ਪੀਐਮ ਈਟੀ ਐਂਡ ਫਰਾਈਡੇ 1 ਪੀਐਮ ਈਟੀ ਓਨਲੀ ਔਨ ਗਲੋਬਲ ਪੰਜਾਬ ਟੀਵੀ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਹਨ ਆਪਣਾ ਦੇਸ਼, ਇੰਡੀਅਨ ਗਰੋਸਰੀ ਸਟੋਰ,